सो साढ़े पांच बैंड साढ़े स्टूडेंट्स जी थोड़े वास्ते की कुछ खास ऑप्शंस रहनगियां हुण कैनेडा दा सपना साढ़ा पूरा होएगा या फिर नहीं अगर होएगा तो कदों होएगा सो होर भी कई सवाल मन दे विच ने तो उन्हां ही सवालों का जवाब जिहड़ा तुहानूं इस मंच के उत्ते मिलता है सो कॉल्स आनियां भी शुरू हो गई ने सो गुरप्रीत मैम इस तो पहला भी मैं कॉल्स लैनियां शुरू करा क्योंकि फिर मैनूं इह हुंदा भी असीं वध तों वध सारे दर्शकां दीआं जिहड़ियां कॉल्स ने उन्हां नूं अटेंड करिए बट एक बार मैं अपडेट जानना चाहूँ कुछ खास देख रहे हो इस वारी स्टडी वीज़ा कैनेडा जिन्होंने अपलाई करना साढ़े पांच बैंड वाले किदां देख रहे हो स्टूडेंट्स या फिर सिक्स ईच दे नाल ही हुण कनेडा पहुँचा जा सकेगा नहीं कविता जी कैनेडा ने कोई दो चो साढ़े पांच या एक चो साढ़े पांच वास्ते कोई स्पैशल अनाउंसमेंट यहो जी नहीं की कैनेडा इस टाइम दो चो साढ़े पांच एक चो साढ़े पांच वाले ए नॉन एसटीएस कैटेगरी वाले बच्चों को वेलकम कर रहा है क्यूबिक मॉन्ट्रियल बेस्ट ऑप्शन है बेस्ट डेस्टनी रही है दो चो साढ़े पांच एक चो साढ़े पांच वाले बच्चों के लिए अदर स्टेट के भी कुछ ऑप्शन साढ़े वालों कड़िया गई ने लास्ट जे सा टूर्स रहे ने साडे डेलीगेट साढ़े को आए जी उन्होंने को गए हाँ तो असी काफ़ी दो चो साढ़े पांच एक चो साढ़े पांच वाले बच्चों लिए ऑप्शन ਕੱਢ ਕੇ ਰੱਖੀਆਂ ਨੇ ਸਾਹਮਣੇ ਕਿ ਕਿਵੇਂ ਰਿਪ੍ਰਜੈਂਟ ਕੀਤਾ ਜਾਵੇ ਕਿਹੜੇ ਕੋਰਸਿਸ ਨਿਊ ਆਏ ਨੇ ਕਿਹੜੇ ਕੈਂਪਸ ਨਿਊ ਆਏ ਨੇ ਸਾਡੇ ਕੋਲ ਕਿਵੇਂ ਦੀ ਮੈਨ ਪਾਵਰ ਉੱਥੋਂ ਦੇ ਕੰਟਰੀ ਨੂੰ ਚਾਹੀਦੀ ਆ ਕਿਉਂਕਿ ਮੋਸਟਲੀ ਦੋ ਚੋਂ ਸਾਢੇ ਪੰਜ ਇੱਕ ਚੋਂ ਸਾਢੇ ਪੰਜ ਵਾਲੀ ਮੈਨ ਪਾਵਰ ਹੀ ਉਹਨਾਂ ਦੇ ਲਈ ਫਰੂਟਫੁੱਲ ਸਾਬਿਤ ਹੁੰਦੀ ਆ ਹਾਰਡ ਵਰਕ ਕਰਦੀ ਆ ਅਤੇ ਉਹਦੇ ਵਿੱਚ ਕੁਛ ਕੋਰਸਿਸ ਨੇ ਸਾਡੀ ਕੰਪਨੀ ਵੱਲੋਂ ਜਿਹੜੇ ਕਿ ਰਿਪ੍ਰਜੈਂਟ ਕੀਤੇ ਜਾ ਰਹੇ ਨੇ ਮਾਰਕੀਟ ਦੇ ਵਿੱਚ ਅਲੱਗ ਅਲੱਗ ਕਾਲਜਿਸ ਦੇ ਅਲੱਗ ਅਲੱਗ ਕੈਂਪਸ ਦੇ ਉਹਦੇ ਵਿੱਚ ਦੋ ਚੋਂ ਸਾਢੇ ਪੰਜ ਇੱਕ ਚੋਂ ਸਾਢੇ ਪੰਜ ਵਾਲਾ ਬੱਚਾ ਐਡਮਿਸ਼ਨ ਲੈ ਕੇ ਵੀਜ਼ਾ ਪ੍ਰਾਪਤ ਕਰ ਸਕਦਾ ਜਾ ਸਕਦਾ ਵੱਡਾ ਰੋਲ ਪਲੇ ਕਰਦੀ ਹੈ SOP ਤੁਹਾਡੇ ਫੰਡਿੰਗ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਹੈ ਔਰ ਤੁਸੀਂ ਫਾਈਲ ਪੁੱਟ ਔਨ ਕਿੰਨੇ ਟਾਈਮ ਦੇ ਵਿੱਚ ਕਰਦੇ ਹੋ ਅਤੇ ਇਨਟੇਕ ਤੋਂ ਕਿੰਨਾ ਟਾਈਮ ਪਹਿਲਾਂ ਤੁਹਾਨੂੰ ਫਾਈਲ ਲਾਉਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਦਾ ਜੇ ਆਪਾਂ ਧਿਆਨ ਵਿੱਚ ਰੱਖ ਕੇ ਅਪਲਾਈ ਕਰਦੇ ਹਾਂ ਅਤੇ 110% ਤੁਸੀਂ ਵੀਜ਼ਾ ਕੱਢ ਸਕਦੇ ਹੋ ਬਟ ਕੋਈ ਵੀ ਕਿਸੇ ਵੀ ਚੀਜ਼ ਨੂੰ ਲੈ ਕੇ ਅਸੀਂ ਆਪਣੀ ਸ਼ੋਰਟੀ ਦੇ ਉੱਤੇ ਨਹੀਂ ਅਪਲਾਈ ਕਰਨ ਦਿੰਦੇ ਕਿਉਂਕਿ ਸਿਸਟਮ ਦੇ ਵਿੱਚ ਬਿਨਾਂ ਪਏ ਵੀਜ਼ਾ ਨਹੀਂ ਨਿਕਲ ਸਕਦਾ ਵੀਜ਼ਾ ਅਫਸਰ ਨੇ ਗ੍ਰਾਂਟ ਕਰਾਉਣਾ ਵਿਦਆਊਟ ਸੈਟਿਸਫਾਈ ਕਰਾਏ ਅਸੀਂ ਵੀਜ਼ਾ ਗ੍ਰਾਂਟ ਨਹੀਂ ਕਰਾ ਸਕਦੇ ਸੋ ਜਿਨ੍ਹਾਂ ਸਟੂਡੈਂਟਸ ਨੇ ਅਪਲਾਈ ਨਹੀਂ ਕੀਤਾ ਜਾਂ ਹੁਣ ਸੋਚ ਰਹੇ ਨੇ ਕਿ ਹਾਂਜੀ ਚਲੋ ਅਪਲਾਈ ਕਰ ਲੈਂਦੇ ਹਾਂ ਚਾਹੇ 2-3 ਸਾਲ ਹੋ ਗਏ ਨੇ ਨਹੀਂ ਅਪਲਾਈ ਕੀਤਾ ਸੀ ਪਹਿਲਾਂ ਜੋਬ ਕਰ ਰਹੇ ਹੋ ਆਈ ਐਮ ਸ਼ੋਰ ਕਿ ਤੁਹਾਡੇ ਵਾਸਤੇ ਜ਼ਰੂਰ ਆਪਸ਼ਨ ਹੋਏਗੀ ਐਂਡ ਇਸ ਤੋਂ ਇਲਾਵਾ ਜਿਨ੍ਹਾਂ ਸਟੂਡੈਂਟਸ 'ਤੇ ਵੀਜ਼ਾਸ ਨਹੀਂ ਆਏ ਸੀ ਸੋ ਉਹਨਾਂ ਸਟੂਡੈਂਟਸ 'ਤੇ ਵੀ ਗੱਲ ਜ਼ਰੂਰ ਕਰਾਂਗੇ ਬਟ ਫਿਲਹਾਲ ਜੀ ਕਾਲਰਸ ਲਵਾਂਗੇ ਸਾਡੇ ਜਿਹੜੇ ਹੁਣ ਬੈਕ ਟੂ ਬੈਕ ਸਾਡੇ ਨਾਲ ਜੁੜਨਗੇ ਹੈਲੋ ਹਾਂਜੀ ਸਰ ਨਮਸਤੇ ਮੈਡਮ ਇੱਕ ਕਿਹਾ ਸਾਡੇ ਬੱਚੇ ਦੇ ਇੱਕ ਮਹੀਨੇ ਦੇ ਵਿੱਚ ਸਾਡੇ ਪੰਜ ਬੈਂਡ ਆ ਓਵਰਆਲ ਉਹ ਸਾਡੇ 6 ਆ ਓਕੇ ਰਾਈਟ ਸਰ ਤੇ ਪਲੱਸ 2 ਕੀਤੀ ਆ ਉਹਨੇ 2022 ਦੇ ਵਿੱਚ ਹੀ ਤੇ 84 ਬੱਚੇ ਦਾ ਨੰਬਰ ਆ ਨਾ ਠੀਕ ਹੈ ਤੇ ਉਹਨੇ ਕੀਤੀ ਹੋਈ ਦੋਨ ਮੈਡੀਕਲ ਹਾਂਜੀ ਠੀਕ ਹੈ ਸਰ ਠੀਕ ਹੈ ਕਿਹੜੀ ਜਗ੍ਹਾ ਤੋਂ ਕਾਲ ਕਰ ਰਹੇ ਹੋ ਸਰ ਜਲੰਧਰ ਤੋਂ ਓਕੇ ਸੋ ਤੁਸੀਂ ਜਵਾਬ ਲੈ ਲਓ ਜੀ ਟੀਵੀ ਦੇ ਉੱਪਰ ਹੀ ਬਾਕੀ ਤੁਹਾਨੂੰ ਕਾਲ ਆ ਜਾਏਗੀ ਜਿੱਦਾਂ ਹੀ ਸ਼ੋਅ ਦੀ ਸਮਾਪਤੀ ਹੁੰਦੀ ਹੈ ਰਾਈਟ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸੋ ਸਾਡੇ ਪੰਜ ਬੈਂਡ ਜਿੱਦਾਂ ਮੈਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀਗਾ ਬਹੁਤ ਜ਼ਿਆਦਾ ਇਸ ਵਾਰੀ ਨਾ ਡਾਈਸਿਸ ਸਿਚੁਏਸ਼ਨ ਬਣੀ ਹੋਈ ਹੈ ਵੀ ਅਸੀਂ ਅਪਲਾਈ ਕਰੀਏ ਜਾਂ ਨਾ ਕਰੀਏ ਕਰਾਂਗੇ ਤਾਂ ਪਤਾ ਨਹੀਂ ਕੱਲ੍ਹ ਨੂੰ ਵੀਜ਼ਾ ਆਏਗਾ ਜਾਂ ਨਹੀਂ ਆਏਗਾ ਸੋ ਨਾ ਕਰੀਏ ਉਹਦਾ ਤਾਂ ਮੇਰੇ ਖਿਆਲ 'ਚ ਕੋਈ ਫਿਰ ਮਤਲਬ ਹੀ ਨਹੀਂ ਰਹਿ ਜਾਂਦਾ ਦੇਖੋ ਕਵਿਤਾ ਜੀ ਇਹ ਬੱਚਾ ਸਭ ਤੋਂ ਵਧੀਆ ਤਰੀਕੇ ਨਾਲ ਦੇਖਿਆ ਜਾਵੇ ਔਰ ਬਹੁਤ ਹੀ ਧਿਆਨ ਨਾਲ ਮੈਂ ਦੇਖਾਂ ਬਹੁਤ ਅੱਛਾ ਪ੍ਰੋਫਾਈਲ ਹੈ ਜਿਹੜਾ ਕਿ SDS ਕੈਟਾਗਰੀ ਲੈ ਸਕਦਾ ਬੱਚਾ ਬਟ ਕਿਤੇ ਨਾ ਕਿਤੇ ਸਾਡੇ ਹੱਥ 'ਚੋਂ ਇਨਟੇਕ ਨਾ ਨਿਕਲੇ ਅਤੇ ਅਸੀਂ ਐਵੇਂ ਦੇ ਬੱਚੇ ਦਾ ਅਪਲਾਈ ਕਰ ਦਿੰਦੇ ਹਾਂ ਕਿ ਅਸੀਂ ਇਸ ਬੱਚੇ ਨੂੰ ਜਿਹੜਾ ਕਾਲਜ ਆ ਉਹ SDS ਹੀ ਲੈ ਕੇ ਦੇਵਾਂਗੇ ਬਟ ਬੱਚੇ ਦੀ ਫਾਈਲ ਨੋਨ SDS ਨਾ ਲੱਗੇ ਅਸੀਂ ਟਰਾਈ ਕਰਾਂਗੇ ਇਨ ਮੀਨ ਬਿਟਵੀਨ ਬੱਚੇ ਦਾ ਆਈਲੈਟਸ ਰਿਪੀਟ ਕਰਨ ਦੀ ਜੇ ਬੱਚੇ ਦਾ ਫਿਰ ਵੀ ਆਈਲੈਟਸ ਜਿਹੜਾ ਹੈ ਕਿ ਉਹ ਨਹੀਂ ਕਲੀਅਰ ਹੁੰਦਾ ਇਸ ਪ੍ਰੋਫਾਈਲ 'ਤੇ ਵੀ ਅਪਲਾਈ ਕਰਕੇ ਵੀਜ਼ਾ ਲੈ ਕੱਢਿਆ ਜਾ ਸਕਦਾ ਬਸ ਬੱਚੇ ਨੂੰ ਲੋਕੇਸ਼ਨ ਜਿਹੜੀਆਂ ਹੈ ਉਹ ਕੰਪਰੋਮਾਈਜ਼ ਕਰਨੀਆਂ ਪੈ ਸਕਦੀਆਂ ਕੋਰਸ ਅਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਲੈ ਕੇ ਦੇਵਾਂਗੇ ਬੱਚੇ ਦੀ ਉਹਦੇ ਵਿੱਚ ਚੋਇਸ ਨਹੀਂ ਹੋਊਗੀ 84% ਹੈ ਨੋਨ ਮੈਡੀਕਲ ਦਾ ਬੱਚਾ ਹੈ ਕੋਰਸਿਸ ਅੱਛੇ ਮਿਲ ਜਾਣਗੇ ਕਿਤੇ ਬਹੁਤ ਵੱਡੀ ਵੀ ਇਹ ਕੰਪਰੋਮਾਈਜ਼ ਨਹੀਂ ਹੈ ਕਿ ਬੱਚੇ ਨੂੰ ਬਿਲਕੁਲ ਹੀ ਡੰਪ ਕੋਰਸਿਸ ਦੇ ਵਿੱਚ ਪਾ ਦਿੱਤਾ ਜਾਊਗਾ ਫਿਰ ਉਹਨਾਂ ਨੇ ਗੱਲ ਕੀਤੀ ਹੈ ਕੀ ਅਪਲਾਈ ਹੋ ਜੂਗਾ ਬਿਲਕੁਲ ਅਪਲਾਈ ਹੋ ਜੂਗਾ ਲੋਕੇਸ਼ਨ ਕੰਪਰੋਮਾਈਜ਼ ਕਰਨੀਆਂ ਪੈਣਗੀਆਂ
ਆਈਲੈਟਸ ਰਿਪੀਟ ਵੀ ਜੇ ਬੱਚਾ ਕਰ ਸਕਦਾ ਅਸੀਂ ਨਾਲ ਦੀ ਨਾਲ ਪੈਰਲਰ ਬੱਚੇ ਦੀ ਫਾਈਲ ਚਲਾਵਾਂਗੇ ਨਾਲ ਅਸੀਂ ਬੱਚੇ ਦਾ ਆਈਲੈਟਸ ਵੀ ਇੱਕ ਵਾਰ ਅਟੈਂਪਟ ਕਰਾਵਾਂਗੇ ਅਤੇ ਉਸ ਤੋਂ ਬਾਅਦ ਜਿਵੇਂ ਉਹਨਾਂ ਨੇ ਫੰਡ ਦੀ ਗੱਲ ਕੀਤੀ ਆ ਜਦੋਂ ਵੀ ਨੋਨ ਐਸ ਟੀ ਐਸ ਕੈਟਾਗਰੀ 'ਚ ਅਪਲਾਈ ਕਰਦੇ ਹਾਂ ਉਦੋਂ ਫੰਡਿੰਗ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਫਾਈਨੈਂਸ਼ਲੀ ਬੱਚੇ ਨੂੰ ਆਪਣੇ ਆਪ ਨੂੰ ਸਟਰੋਂਗ ਦਿਖਾਉਣਾ ਪੈਂਦਾ ਹੈ ਜੇ ਤੁਸੀਂ ਨਾਲ ਜੀ ਆਈ ਸੀ ਕਰਵਾਇਆ ਤਾਂ ਬਹੁਤ ਵਧੀਆ ਗੱਲ ਆ ਨਾਲ ਦੀ ਨਾਲ 15 to 20 lakh ਦੀ ਫੰਡਿੰਗ ਮੈਂ ਜ਼ਰੂਰ ਰਿਕਮੈਂਡ ਕਰਦੀ ਹਾਂ ਨੋਨ ਐਸ ਟੀ ਐਸ ਕੈਟਾਗਰੀ ਵਾਲੇ ਬੱਚਿਆਂ ਲਈ ਇਹ ਪ੍ਰੋਫਾਈਲ ਬਹੁਤ ਵਧੀਆ ਹੈ ਵੀਜ਼ਾ ਕੱਢਿਆ ਜਾ ਸਕਦਾ ਹੈ ਟਾਈਮਲੀ ਅਪਲਾਈ ਕਰ ਲਓ ਡਿਲੇ ਨਾ ਕਰ ਲਓ ਕਿਉਂਕਿ ਜਿੰਨਾ ਬੱਚਾ ਲੇਟ ਹੁੰਦਾ ਜਾਊਗਾ ਇਨਟੇਕ ਸਕਿੱਪ ਹੁੰਦਾ ਜਾਊਗਾ ਗੈਪ ਵੱਧਦਾ ਜਾਊਗਾ ਕਿਤੇ ਨਾ ਕਿਤੇ ਪ੍ਰੋਫਾਈਲ ਨੈਗੇਟਿਵ ਵੱਲ ਤੁਰ ਸਕਦਾ ਹੈ ਐਸ ਓ ਪੀ ਉੱਤੇ ਖਾਸ ਵਰਕ ਕਰਕੇ ਆਪਾਂ ਵੀਜ਼ਾ ਲੈ ਸਕਦੇ ਹਾਂ ਸੋ ਹਾਲੇ ਬਹੁਤ ਵਧੀਆ ਚਾਂਸਿਸ ਨੇ ਤੁਹਾਨੂੰ ਅਪਲਾਈ ਕਰਨਾ ਹੀ ਚਾਹੀਦਾ